ਸੁਬਹਾ ਰੋਟੀਆਂ ਚੂਰ ਕੇ ਪਾਉਣੇ ਆ। ਅੱਛਾ ਜੀ, ਤਿੰਨ ਚਾਰ ਰੋਟੀਆਂ ਇੱਥੇ ਪਾ ਦਿੰਦੇ ਆ। ਇਹ ਚੀਜ਼ਾਂ ਲੋਪ ਹੁੰਦੀਆਂ ਜਾਂਦੀਆਂ, ਲੋਕ ਕਹਿੰਦੇ ਵੀ ਟਾਵਰਾਂ ਤੇ ਐਂ ਹੁੰਦਾ ਉਹ ਹੁੰਦਾ, ਜਦੋਂ ਉਹਨਾਂ ਨੂੰ ਬਾਈ ਘਰ ਹੀ ਨਹੀਂ, ਆਪਾਂ ਤਾਂ ਘਰ ਪਾ ਕੇ ਪੱਕੇ ਬਹਿ ਗਏ, ਜਦੋਂ ਉਹਨਾਂ ਦੇ ਘਰ ਹੀ ਨਹੀਂ ਕਿਤੇ ਕੋਈ ਘੌਂਸਲਾ ਨਹੀਂ, ਕਿੱਥੇ ਬੈਠਣੇ ਸੀ। ਆਪਾਂ ਬਾਈ ਜੀ ਆਪਦੇ ਅਜੀਜ਼ ਮਿੱਤਰ ਵੀ ਕਹਿ ਸਕਦੇ ਹਾਂ, ਭਰਾ ਵੀ ਕਹਿ ਸਕਦੇ ਹਾਂ, ਉਹਨਾਂ ਕੋਲ ਪਹੁੰਚੇ ਹਾਂ। ਅਤੇ ਪਹੁੰਚੇ ਆਪਾਂ ਕਿਉਂ ਹਾਂ ਬਾਈ? ਕਿਉਂਕਿ ਉਹਨਾਂ ਦਾ ਜਿਹੜਾ ਨੇਕ ਕੰਮ ਹੈ ਨਾ, ਉਹ ਆਪਾਂ ਤੁਹਾਨੂੰ ਦਿਖਾਉਣੇ ਆ। ਮਿੱਤਰੋ, ਨੇਕ ਕੰਮ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਭਰਾ ਇਹ ਭਰਾ ਤੋਂ ਸਿੱਖ ਲੈ ਕੇ ਤਾਂ ਅੱਗੇ ਇਹ ਕੰਮ ਜ਼ਰੂਰ ਕਰਨ। ਬਹੁਤ ਹੀ ਪੁੰਨ ਦਾ ਕੰਮ ਹੈ। ਠੀਕ ਹੈ ਜੀ। ਇਹ ਚੀਜ਼ਾਂ ਲੋਪ ਹੁੰਦੀਆਂ ਜਾਂਦੀਆਂ, ਲੋਕ ਕਹਿੰਦੇ ਵੀ ਟਾਵਰਾਂ ਤੇ ਐਂ ਹੁੰਦਾ ਉਹ ਹੁੰਦਾ, ਜਦੋਂ ਉਹਨਾਂ ਨੂੰ ਬਾਈ ਘਰ ਹੀ ਨਹੀਂ, ਆਪਾਂ ਤਾਂ ਘਰ ਪਾ ਕੇ ਪੱਕੇ ਬਹਿ ਗਏ, ਜਦੋਂ ਉਹਨਾਂ ਦੇ ਘਰ ਹੀ ਨਹੀਂ ਕਿਤੇ ਕੋਈ ਘੌਂਸਲਾ ਨਹੀਂ, ਕਿੱਥੇ ਬੈਠਣੇ ਸੀ। ਸਹੀ ਹੈ ਜੀ, ਬਿਲਕੁਲ। ਵੀ ਹਰੇਕ ਇਨਸਾਨ ਭਰਾ ਕਹਿੰਦਾ ਵੀ ਆਪਣੀ ਸਫਾਈ ਹੋਵੇ, ਸਫਾਈ ਹੋਵੇ। ਬਾਕੀ ਸਰ, ਇਹ ਜਿਹੜੇ ਜਾਨਵਰ ਹੈ ਇਹਨਾਂ ਨੂੰ ਲੋਪ ਹੁੰਦੇ ਜਾਂਦੇ ਨੇ, ਕੀ ਕਾਰਨ ਇਹੀ ਹੈ ਵੀ ਇਹਨਾਂ ਦੇ ਘਰ ਹੈ ਨਹੀਂ। ਘਰ ਹੈ ਨਹੀਂ, ਕੱਚੇ। ਸ਼ੌਕ ਵੀ ਹੈ ਮੈਨੂੰ ਅਤੇ ਪੁੰਨ ਵੀ ਹੈ ਸਾਰਾ, ਮਤਲਬ ਵੀ ਤੁਹਾਡਾ ਉਹ ਸਵਾਰਥ ਹੈ ਨਹੀਂ, ਵੀ ਸਵਾਰਥ ਹੈ ਨਹੀਂ ਵੀ ਆਪਾਂ ਜਾਨਵਰਾਂ ਨੂੰ ਐਂ, ਮਤਲਬ ਵੀ ਆਪਣੇ ਬੱਚਾ ਹੈ ਜਦੋਂ ਮੈਂ ਨਹੀਂ ਹੁੰਦਾ ਗੈਰ ਹਾਜ਼ਰ ਹੁੰਦਾ, ਉਹ ਬੱਚਾ ਪਾਣੀ ਵੀ ਪਾਉਂਦਾ, ਇਹਨਾਂ ਨੂੰ ਚੋਗਾ ਵੀ ਪਾਉਂਦਾ। ਬਾਕੀ ਸਰ, ਆਹ ਵੇਖੋ ਇਹਨਾਂ ਨੂੰ ਚੋਗਾ ਭਰਿਆ ਸੀਗਾ ਆਪਣਾ, ਸਾਰੇ ਜਾਨਵਰ ਹੀ ਆਉਂਦੇ ਇੱਥੇ, ਗਲਹਿਰੀਆਂ ਵੀ ਆਉਂਦੀਆਂ ਅਤੇ ਆਪਣੇ ਗਟਹਿਰਾਂ ਵੀ ਆਉਂਦੀਆਂ, ਇੱਕ ਪ੍ਰਕਾਰ ਦੇ ਜਾਨਵਰ। ਹਾਂ, ਇੱਥੇ ਫਿਰ ਇਹਨਾਂ ਨੂੰ ਸੁਬਹਾ ਰੋਟੀਆਂ ਚੂਰ ਕੇ ਪਾਉਣੇ ਆ। ਅੱਛਾ ਜੀ, ਤਿੰਨ ਚਾਰ ਰੋਟੀਆਂ ਇੱਥੇ ਪਾ ਦਿੰਦੇ ਆ ਡੇਲੀ ਬਾਈ। ਹਾਂ, ਡੇਲੀ ਰੂਟੀਨ ਬਣਾ ਰੱਖਿਆ, ਰੂਟੀਨ ਬਣਾ ਰੱਖਿਆ। ਠੀਕ ਹੈ, ਅਤੇ ਪੁੰਨ ਬਹੁਤ ਲੱਗਦਾ ਇਹਨਾਂ ਚੀਜ਼ਾਂ ਦਾ। ਠੀਕ ਹੈ ਜੀ, ਅਤੇ ਐਵੇਂ ਕਹਿ ਦਈਏ ਵਾਧਾ ਵੀ ਬਹੁਤ ਹੁੰਦਾ ਜਦੋਂ ਦੇ ਜਾਨਵਰਾਂ ਦੇ ਵਿੱਚ ਪਾਏ ਹੋ, ਉਦੋਂ ਦਾ ਵਾਧਾ ਬਹੁਤ ਹੈ। ਹਾਂ, ਕਿੰਨਾ ਸਮਾਂ ਹੋ ਗਿਆ ਵੀ ਤੁਹਾਨੂੰ ਜਾਨਵਰਾਂ ਦੇ ਇਸ ਪੁੰਨ ਧਰਮ ਦੇ ਕੰਮ ਵਿੱਚ ਪਏ ਹੋਇਆਂ ਨੂੰ? ਬਾਈ ਜੀ, ਹੋ ਗਏ 10-12 ਸਾਲ। 10-12 ਸਾਲ? ਹਾਂ, 5-6 ਚਿੜੀਆਂ ਆਉਂਦੀਆਂ ਸੀ, ਮੈਂ 2-3 ਘੌਂਸਲੇ ਲਾਤੇ, 2-3 ਤੋਂ ਹੁਣ ਮੈਂ 90 ਘੌਂਸਲੇ ਲਾਤੇ। ਬਾਕੀ ਸਿਰੇ ਤੁਸੀਂ ਦੇਖੇ ਹੀ ਉੱਧਰ। ਠੀਕ ਹੈ ਜੀ, 90 ਘੌਂਸਲੇ ਲਾ ਰੱਖੇ ਆ, ਅਤੇ ਚਲੋ ਪਰਮਾਤਮਾ ਖੈਰ ਸੁੱਖ ਰੱਖੇ, ਹੋਰ ਵੀ ਲਾਵਾਂਗੇ ਅਤੇ ਦੇਖਦੇ ਘੌਂਸਲੇ, ਉਹਦੇ ਵੀ ਆ ਜਾਂਦੇ ਨੇ। ਹਾਂਜੀ, ਗਟਹਿਰਾਂ ਵੀ ਆਉਂਦੀਆਂ, ਗਟਹਿਰਾਂ ਨੇ ਵੀ ਮਤਲਬ ਵਿਖਾਇਓ ਅੱਗੇ। ਹਾਂ, ਆ ਜਾਓ ਬਾਈ, ਆਹ ਵੇਖੋ ਜੀ, ਆਹ ਸਾਰੇ ਘੌਂਸਲੇ ਆਪਾਂ ਲਾਏ ਹੋਏ ਆ। ਅੱਛਾ ਜੀ, ਜਿਹੜੀਆਂ ਆਪਣੇ ਆਮ ਵੇਸਟੇਜ ਪਾਈਪਾਂ ਹੁੰਦੀਆਂ, ਵੇਸਟੇਜ ਪਾਈਪਾਂ ਮੰਨ ਲਓ ਵੀ ਨਵੀਆਂ ਵੀ ਲਿਆਉਂਦੇ ਆਪਾਂ। ਅੱਛਾ ਜੀ, ਵੀ ਹੁਣ ਪਤਾ ਲੱਗ ਗਿਆ ਵੀ ਇਹਨਾਂ 'ਚ ਸਾਰਿਆਂ 'ਚ ਬੱਚੇ ਦੇ ਅਤੇ ਹੋਰ ਲਾ ਦਿੰਦੇ ਨਵੇਂ ਹੋਰ ਲਾਉਂਗੇ ਸਾਰੇ। ਹਾਂ, ਜਿਹੜੇ ਪੀਸ ਕੱਟ ਕੱਟ ਕੇ ਲਾਏ, ਨਵੇਂ ਲਿਆ ਕੇ ਲਾਏ? ਹਾਂ, ਨਵੇਂ ਲਾਏ ਆ ਨਵੇਂ ਸਾਰੇ। ਤੇ ਇਹਨਾਂ ਦੇ ਵਿੱਚ ਆਹ ਘੌਂਸਲੇ ਆ, ਘੌਂਸਲੇ ਆ, ਬੱਚੇ ਬੱਚੇ ਵੀ ਆ ਬਾਈ, ਬੱਚੇ। ਅੱਛਾ, ਆਹ ਵੇਖੋ, ਆਹ ਆ ਗਈ ਨਾ ਚਿੜੀ, ਆ ਬੱਚੇ ਦੇ ਰੱਖੇ ਆ, ਉਹ ਚ ਗਟਹਿਰਾਂ ਨੇ ਦੇ ਰੱਖੇ ਆ ਬੱਚੇ, ਆਹ ਵੱਡੀਆਂ ਪੈਪਾਂ ਇਹਨੀਆਂ। ਅੱਛਾ ਅੱਛਾ ਜੀ, ਹਾਂ, ਕਿਹੜੇ ਕਿਹੜੇ ਜਾਨਵਰ ਆਉਂਦੇ ਆ ਵੀ ਇਹ ਚ? ਗਟਹਿਰਾਂ ਤੇ ਦੇਸੀ ਚਿੜੀਆਂ। ਠੀਕ ਹੈ। ਹਾਂ, ਲੋਕ ਆਹੰਦੇ ਆ ਵੀ ਟਾਵਰਾਂ ਨਾਲ ਮਰਗੀਆਂ, ਜਦੋਂ ਬਾਈ ਇਹਨਾਂ ਨੂੰ ਘਰ ਬਾਰ ਹੀ ਨਾ ਮਿਲੇ ਤੇ ਵੀ ਰਹਿਣਗੀਆਂ ਕਿੱਥੇ? ਬਿਲਕੁਲ, ਆਪਣੇ ਮਨ ਨੂੰ ਠੇਸ ਜਾਂਦੀ ਵੀ ਯਾਰ ਆਪਾਂ ਤਾਂ ਘਰ ਬਾਰ ਪੱਕੇ ਪਾਈ ਬੈਠੇ, ਇਹਨਾਂ ਨੂੰ ਵੀ ਕੋਈ ਘਰ ਬਾਰ ਪਾ ਕੇ ਦੇਈਏ। ਜ਼ਰੂਰੀ ਹੈ, ਜ਼ਰੂਰ ਹੈ, ਇਹ ਚੀਜ਼ ਹੈ। ਉਹ ਸੋਚ ਕੇ ਤੁਸੀਂ, ਉਹ ਸੋਚ ਕੇ ਵੀ 5 ਚਿੜੀਆਂ ਤੋਂ ਅੱਜ ਬਈ 250-300 ਚਿੜੀ ਹੈ ਆਉਂਦੀ ਹੈ। ਹਾਂ, ਆਉਂਦੀ ਹੈ, ਖਾਣਾ ਪਾਣੀ, ਖਾਣਾ ਪਾਣੀ ਪਾਉਣੇ ਆ। ਹਾਂ, ਆਹ ਪਾਣੀ ਵੀ ਪਾਉਣੇ ਆ, ਆਹ ਪਾਣੀ ਵਾਲੇ ਬਰਤਨ। ਅੱਛਾ ਜੀ, ਇੱਥੇ ਵੀ ਆਉਂਦੀਆਂ ਤੜਕੇ, ਤੁਸੀਂ ਥੋੜਾ ਜਿਹਾ ਲੇਟ ਹੋ ਗਏ, ਸੁਬਹਾ ਵਾਲੀਆਂ ਹੁੰਦੀਆਂ 5:30 ਵਜੇ ਦੋਸਤੋ। ਅੱਜ ਨਾ ਆਪਾਂ ਥੋੜੇ ਜਿਹੇ ਲੇਟ ਹੋ ਗਏ ਬਾਈ ਕੋਲ ਆਉਂਦੇ ਆ, ਤੇ ਨਹੀਂ ਤਾਂ ਇੱਥੇ ਤੁਹਾਨੂੰ ਪੂਰਾ ਰੰਗਮੰਚ ਉਵੇਂ ਦਿਖਾ ਦਿੰਦੇ ਵੀ ਕਿੰਨੇ ਸਾਰੇ ਚਿੜੀਆਂ ਹੁੰਦੀਆਂ ਸਾਰਾ। ਅੱਛਾ, ਤੋਂ ਬਾਜਾ ਮੁਜਾ ਤੋਂ ਡਰਦੀਆਂ ਬਹਿ ਜਾਂਦੀਆਂ ਇੱਥੇ, ਵਿੱਚ ਬੈਠੀਆਂ ਰਹਿੰਦੀਆਂ ਥੱਲੇ, ਇੱਥੇ ਪਾਣੀ ਪਾਈ ਰੱਖਦੇ ਆ। ਤੇ ਤੁਸੀਂ ਦੱਸ ਦਿਓ ਵੀ ਬਿੱਲੀ ਵਗੈਰਾ ਤੋਂ ਹਨਾ ਨਿਗਰਾਨੀ ਵੀ ਤੁਹਾਨੂੰ ਰੱਖਣੀ? ਹਾਂ, ਨਿਗਰਾਨੀ ਰੱਖਣੀ ਪੈਂਦੀ ਹੈ, ਐਸੇ ਕਰਕੇ ਫਿਰ ਉਹ ਆਪਾਂ ਡੌਗ ਫਾਰ ਰੱਖਿਆ ਵੀ ਨਿਗਰਾਨੀ ਰੱਖਦਾ ਡੌਗ। ਅੱਛਾ, ਕੋਈ ਚੀਜ਼ ਮਤਲਬ ਵੀ ਆਉਂਦੀ ਤਾਂ ਉਹ ਦੱਸ ਦਿੰਦੀ ਹੈ ਕੁੱਤੀ ਵੀ ਕੋਈ ਆਪਣੀ ਚੀਜ਼ ਆ ਗਈ। ਠੀਕ ਹੈ, ਬਿੱਲੀ ਵਗੈਰਾ। ਹਾਂ ਹਾਂ, ਬਾਕੀ ਸਿਰੇ ਬਈ ਬੱਚੇ ਡਿੱਗ ਪੈਂਦੇ ਥੱਲੇ, ਉਹਨਾਂ ਨੂੰ ਤਾਂ ਮਤਲਬ ਵੀ
ਰੱਖ ਦਿੰਦੇ ਆ ਘੋਸਲਿਆਂ 'ਚ ਪੁੱਠੇ, ਫਿਰ ਵਿਚਾਰੇ ਡਿੱਗ ਵੀ ਪੈਂਦੇ ਆ ਗਾਹਾਂ। ਠੀਕ ਹੈ ਜੀ। ਵੈਸੇ ਨਹੀਂ ਵੀ ਡਿੱਗਦੇ ਉਹ ਕਈ ਵਾਰੀ ਕੋਈ ਮਤਲਬ ਵੀ ਡਿੱਗ ਪੈਂਦਾ ਬੱਚੇ ਨੂੰ ਨਹੀਂ ਪਤਾ ਹੁੰਦਾ ਗਾਹਾਂ। ਠੀਕ ਹੈ। ਤੇ ਹੋਰ ਦਰਸ਼ਕ ਭਰਾਵਾਂ ਨੂੰ ਕੀ ਕਹੋਗੇ ਬਾਈ, ਵੀ ਸੁਨੇਹਾ ਤੁਹਾਡਾ? ਮੇਰਾ ਇਹੀ ਮੈਸੇਜ ਆ ਵੀ ਹਰੇਕ ਭਰਾ ਨੂੰ, ਹਰੇਕ ਇਨਸਾਨ ਨੂੰ ਪੰਜ ਪੰਜ ਚਾਰ ਚਾਰ ਘੌਂਸਲੇ ਲਾਉਣੇ ਚਾਹੀਦੇ, ਦਸ ਦਸ ਘੌਂਸਲੇ ਲਾਉਣੇ ਚਾਹੀਦੇ ਪੈਪਾਂ ਕੱਟ ਕੱਟ ਕੇ। ਠੀਕ ਹੈ। ਤਿੰਨ ਜੀ ਪੈਪਾਂ ਕੱਟ ਲਓ ਉਹਨੂੰ, ਦੋ ਢਾਈ ਢਾਈ ਫੁੱਟ ਪੈਪ ਕੱਟ ਲਓ ਉਹਨੂੰ, ਉਹਨੂੰ ਤਾਂ ਛੱਤ 'ਚ ਚਾਹੇ ਸ਼ੈੱਡ ਆਪਣੇ ਕੁਛ ਵੀ ਹੈ ਉਹਦੇ ਵਿੱਚ ਲਾਓ। ਠੀਕ ਹੈ ਮਿੱਤਰੋ, ਵੀਡੀਓ ਦੀ ਕਰਦੇ ਹਾਂ ਸਮਾਪਤੀ। ਵੀਡੀਓ ਦੇਖਣ ਲਈ ਸਾਰੇ ਦੋਸਤਾਂ ਮਿੱਤਰਾਂ ਦਾ ਤੁਹਾਡਾ ਦਿਲ ਤੋਂ ਧੰਨਵਾਦ ਜੀ।